ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ 'ਚ ਹੁਣ ਪੁਲਿਸ ਦੇ ਵੱਲੋਂ ਵੀ ਕਾਰਵਾਈ ਕੀਤੀ ਗਈ ਹੈ ਤੇ ਇੱਕ ਸਕੂਲੀ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਲੁਧਿਆਣਾ ਦੇ ਨਿੱਜੀ ਸਕੂਲ ਦੇ ਵਿੱਚ ਇੱਕ ਧਮਕੀ ਭਰੀ ਈਮੇਲ ਭੇਜੀ ਗਈ ਸੀ ਜੋ ਕਿ ਪ੍ਰਿੰਸੀਪਲ ਨੂੰ ਪਾਈ ਗਈ ਸੀ ਤੇ ਇਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਸਕੂਲ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਏਗਾ। ਇਸ ਦੇ ਚਲਦਿਆਂ ਪ੍ਰਿੰਸੀਪਲ ਦੇ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਵੀ ਸਕੂਲ ਦੇ ਚੱਪੇ ਚੱਪੇ ਦੀ ਤਲਾਸ਼ੀ ਲਈ ਗਈ ਹੈ। ਸਰਚ ਅਭਿਆਨ ਚਲਾਇਆ ਗਿਆ ਸਕੂਲ ਦੇ ਅੰਦਰ ਤੇ ਨਾਲ ਹੀ ਇੱਕ ਸਕੂਲ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਆਈ ਸੀ ਜਿਸ ਦੇ ਵਿੱਚ ਧਮਕੀ ਦਿੱਤੀ ਗਈ ਸੀ ਕਿ ਸਕੂਲ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਏਗਾ। ਇਹ ਲੁਧਿਆਣਾ ਦਾ ਨਿੱਜੀ ਸਕੂਲ ਹੈ ਜਿਸ ਤੋਂ ਬਾਅਦ ਸਕੂਲ ਦੇ ਵਿੱਚ ਵੀ ਹਫੜਾ ਦਫੜੀ ਮੱਚ ਗਈ, ਪੂਰਾ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਇਸ ਵਿੱਚ ਵਾਲੇ ਸਕੂਲ ਨੂੰ ਖਾਲੀ ਕਰਵਾਇਆ ਗਿਆ ਤੇ ਫਿਰ ਪੁਲਿਸ ਦੇ ਵੱਲੋਂ ਸਕੂਲ ਦੇ ਅੰਦਰ ਸਰਚ ਅਭਿਆਨ ਚਲਾਇਆ ਗਿਆ। ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆ ਰਿਹਾ ਹੈ ਕਿ ਇੱਕ ਸਕੂਲ ਦੇ ਹੀ ਵਿਦਿਆਰਥੀ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਹੈ ਤੇ ਅੱਗੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸਰ ਐਸੇ ਦਵਿੰਦਰ ਕੁਮਾਰ ਜੀ PCR ਤੋਂ। ਸਰ ਸਰ ਕੀ ਮਾਮਲਾ ਕੀ ਹੋਇਆ? ਸਰ ਇੱਥੇ ਕਿਸੇ ਬੱਚੇ ਨੇ ਧਮਕੀ ਦਿੱਤੀ, ਕਿਸੇ ਨੇ ਧਮਕੀ ਦਿੱਤੀ ਵੀ ਸਕੂਲ ਨੂੰ ਉਡਾ ਦੇਣਾ ਬੰਬ ਨਾਲ। ਕਿਹੜਾ ਸਕੂਲ ਹੈ ਜੀ? ਹਰਕ੍ਰਿਸ਼ਨ ਪਬਲਿਕ ਸਕੂਲ ਧਾਂਦਰਾ ਜੀ। ਹਾਂਜੀ ਸਰ, ਤੇ ਹੁਣ ਮੌਕੇ ਤੇ ਪਹੁੰਚੋ, ਐਂਟੀ ਸਬਟਾਈਜ਼ ਸਾਰੇ ਚੈੱਕ ਕਰਵਾਤੀ ਹੈ ਸਰ। ਬਸੰਤ ਐਵਨਿਊ ਥਾਣਾ ਸਦਰ ਜੀ ਲੁਧਿਆਣਾ ਜੀ। ਹਾਂਜੀ ਹਾਂਜੀ ਸਰ, ਅਫਸਰ ਮੌਕੇ ਪਹੁੰਚੇ। ਹਾਂਜੀ ਹਾਂਜੀ ਸਰ, PCR ਸਰ ਕੱਲ ਦੀ ਕਹਿੰਦੇ ਜੀ। ਸਾਨੂੰ ਸਵੇਰੇ ਪਤਾ ਲੱਗਿਆ। ਹਾਂਜੀ ਸਾਡੀ ਸ਼ਿਫਟ ਸਵੇਰੇ ਚੇਂਜ ਹੋਈ ਆ। ਹਾਂਜੀ ਸਰ, ਠੀਕ ਹੈ ਸਰ, ਥੈਂਕ ਯੂ, ਓਕੇ। ਇੱਕ ਨਿੱਜੀ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇ ਮਾਮਲੇ 'ਚ ਹੁਣ ਪੁਲਿਸ ਦੇ ਵੱਲੋਂ ਵੀ ਕਾਰਵਾਈ ਕੀਤੀ ਗਈ ਹੈ ਤੇ ਇੱਕ ਸਕੂਲੀ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸ ਦਈਏ ਕਿ ਲੁਧਿਆਣਾ ਦੇ ਨਿੱਜੀ ਸਕੂਲ ਦੇ ਵਿੱਚ ਇੱਕ ਧਮਕੀ ਭਰੀ ਈਮੇਲ ਭੇਜੀ ਗਈ ਸੀ ਜੋ ਕਿ ਪ੍ਰਿੰਸੀਪਲ ਨੂੰ ਪਾਈ ਗਈ ਸੀ ਤੇ ਇਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਸਕੂਲ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਏਗਾ। ਇਸ ਦੇ ਚਲਦਿਆਂ ਪ੍ਰਿੰਸੀਪਲ ਦੇ ਵੱਲੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਤੇ ਪੁਲਿਸ ਦੇ ਵੱਲੋਂ ਵੀ ਸਕੂਲ ਦੇ ਚੱਪੇ ਚੱਪੇ ਦੀ ਤਲਾਸ਼ੀ ਲਈ ਗਈ ਹੈ। ਸਰਚ ਅਭਿਆਨ ਚਲਾਇਆ ਗਿਆ ਸਕੂਲ ਦੇ ਅੰਦਰ ਤੇ ਨਾਲ ਹੀ ਇੱਕ ਸਕੂਲ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਆਈ ਸੀ ਜਿਸ ਦੇ ਵਿੱਚ ਧਮਕੀ ਦਿੱਤੀ ਗਈ ਸੀ ਕਿ ਸਕੂਲ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਏਗਾ। ਇਹ ਲੁਧਿਆਣਾ ਦਾ ਨਿੱਜੀ ਸਕੂਲ ਹੈ ਜਿਸ ਤੋਂ ਬਾਅਦ ਸਕੂਲ ਦੇ ਵਿੱਚ ਵੀ ਹਫੜਾ ਦਫੜੀ ਮੱਚ ਗਈ, ਪੂਰਾ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਇਸ ਵਿੱਚ ਵਾਲੇ ਸਕੂਲ ਨੂੰ ਖਾਲੀ ਕਰਵਾਇਆ ਗਿਆ ਤੇ ਫਿਰ ਪੁਲਿਸ ਦੇ ਵੱਲੋਂ ਸਕੂਲ ਦੇ ਅੰਦਰ ਸਰਚ ਅਭਿਆਨ ਚਲਾਇਆ ਗਿਆ। ਮੁੱਢਲੀ ਜਾਣਕਾਰੀ ਦੇ ਵਿੱਚ ਇਹ ਸਾਹਮਣੇ ਆ ਰਿਹਾ ਹੈ ਕਿ ਇੱਕ ਸਕੂਲ ਦੇ ਹੀ ਵਿਦਿਆਰਥੀ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਹੈ ਤੇ ਅੱਗੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸਰ ਐਸੇ ਦਵਿੰਦਰ ਕੁਮਾਰ ਜੀ PCR ਤੋਂ। ਸਰ ਸਰ ਕੀ ਮਾਮਲਾ ਕੀ ਹੋਇਆ? ਸਰ ਇੱਥੇ ਕਿਸੇ ਬੱਚੇ ਨੇ ਧਮਕੀ ਦਿੱਤੀ, ਕਿਸੇ ਨੇ ਧਮਕੀ ਦਿੱਤੀ ਵੀ ਸਕੂਲ ਨੂੰ ਉਡਾ ਦੇਣਾ ਬੰਬ ਨਾਲ। ਕਿਹੜਾ ਸਕੂਲ ਹੈ ਜੀ? ਹਰਕ੍ਰਿਸ਼ਨ ਪਬਲਿਕ ਸਕੂਲ ਧਾਂਦਰਾ ਜੀ। ਹਾਂਜੀ ਸਰ, ਤੇ ਹੁਣ ਮੌਕੇ ਤੇ ਪਹੁੰਚੋ, ਐਂਟੀ ਸਬਟਾਈਜ਼ ਸਾਰੇ ਚੈੱਕ ਕਰਵਾਤੀ ਹੈ ਸਰ। ਬਸੰਤ ਐਵਨਿਊ ਥਾਣਾ ਸਦਰ ਜੀ ਲੁਧਿਆਣਾ ਜੀ। ਹਾਂਜੀ ਹਾਂਜੀ ਸਰ, ਅਫਸਰ ਮੌਕੇ ਪਹੁੰਚੇ। ਹਾਂਜੀ ਹਾਂਜੀ ਸਰ, PCR ਸਰ ਕੱਲ ਦੀ ਕਹਿੰਦੇ ਜੀ। ਸਾਨੂੰ ਸਵੇਰੇ ਪਤਾ ਲੱਗਿਆ। ਹਾਂਜੀ ਸਾਡੀ ਸ਼ਿਫਟ ਸਵੇਰੇ ਚੇਂਜ ਹੋਈ ਆ। ਹਾਂਜੀ ਸਰ, ਠੀਕ ਹੈ ਸਰ, ਥੈਂਕ ਯੂ, ਓਕੇ।